ਕਰਕੇ ਸਾਨੂੰ ਪਤਾ ਲੱਗ ਸਕੇ ਕਿ ਇਸ ਘਰ ਦੇ ਵਿੱਚ ਇਸ ਬਿਮਾਰੀ ਨਾਲ ਜਿਹੜੇ ਵਿਅਕਤੀ ਪੀੜਤ ਹੈਗੇ ਆ ਉਹ ਰਹਿੰਦੇ ਆ, ਤਾਂ ਕਿ ਅਸੀਂ ਉੱਧਰ ਖਾਸ ਧਿਆਨ ਰੱਖ ਸਕੀਏ। ਅਸੀਂ ਤੁਹਾਡਾ ਧਿਆਨ ਤਾਂ ਹੀ ਰੱਖ ਸਕਾਂਗੇ ਜੇ ਤੁਸੀਂ ਸਾਡੇ ਤੱਕ ਖੁੱਲ੍ਹ ਕੇ ਸਹੀ ਇਨਫੋਰਮੇਸ਼ਨ ਸ਼ੇਅਰ ਕਰੋਗੇ, ਠੀਕ ਹੈ। ਦੂਸਰਾ, ਜਿਹੜੇ ਅਫਵਾਹਾਂ ਫੈਲਦੀਆਂ, ਲੋਕ ਵਟਸਐਪ 'ਤੇ ਬਹੁਤ ਕੁਛ ਕਹਿੰਦੇ ਆ, ਇਕੱਠੇ ਹੋ ਕੇ ਬੈਠ ਕੇ ਬਹੁਤ ਕੁਛ ਕਹਿੰਦੇ ਆ ਕਿ ਸਰਕਾਰ ਨੂੰ ਪਤਾ ਨਹੀਂ ਪੈਸੇ ਮਿਲਦੇ ਆ। ਸਭ ਤੋਂ ਪਹਿਲੀ ਅਫਵਾਹ ਇਹੀ ਆ ਕਿ ਸਰਕਾਰ ਨੂੰ ਪੈਸੇ ਮਿਲਦੇ ਆ ਪੋਜ਼ਿਟਿਵ ਕੇਸ ਕੱਢਣ ਦੇ ਜਾਂ ਹਸਪਤਾਲ ਲੈ ਕੇ ਜਾਣ ਦੇ। ਸਰਕਾਰ ਨੂੰ ਕੋਈ ਪੈਸੇ ਨਹੀਂ ਮਿਲਦੇ, ਸਰਕਾਰ ਦਾ ਪੈਸਾ ਲੱਗਦਾ ਪਿਆ। ਜਿਹੜੇ ਹਸਪਤਾਲਾਂ ਦੇ ਵਿੱਚ ਡਾਕਟਰ ਨਰਸਾਂ ਕੰਮ ਕਰਨ ਲੱਗੀਆਂ ਹੋਈਆਂ, ਆਪਣੀ ਜਾਨ ਖਤਰੇ 'ਚ ਪਾ ਕੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਰੇ ਪੇਸ਼ੈਂਟਸ ਦੀ ਸੇਵਾ ਕਰ ਰਹੇ ਹਾਂ, ਇੱਕ ਇੱਕ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਆ ਉਦੋਂ ਜਦੋਂ ਕੇਸ ਬਹੁਤ ਵਿਗੜ ਕੇ ਆਉਂਦਾ ਉਹਨਾਂ ਕੋਲ। ਅਸੀਂ ਹੁਣ ਰੋਜ਼ ਦੇਖਦੇ ਹਾਂ ਕਿ ਜਦੋਂ ਸਾਡੇ ਕੋਲ ਲਿਸਟ ਆਉਂਦੀ ਹੈ ਕਿ ਕਿੰਨੀਆਂ ਅੱਜ ਮੌਤਾਂ ਹੋਈਆਂ, ਅਸੀਂ ਦੇਖਦੇ ਹਾਂ ਕਿ ਮੌਤ ਕਿਉਂ ਹੋਈ, ਕਿੰਨੇ ਘੰਟੇ ਹਸਪਤਾਲ 'ਚ ਰਿਹਾ ਵਿਅਕਤੀ, ਕੀ ਉਹਨੂੰ ਸਹੀ। ਤੁਸੀਂ ਹੈਰਾਨ ਹੋਵੋਗੇ, ਬਹੁਤ ਸਾਰੇ ਕੇਸ 60% ਤੋਂ 70% ਕੇਸ ਐਸੇ ਹੁੰਦੇ ਆ ਜਿਹੜੇ ਹਸਪਤਾਲ ਆਉਣ ਦੇ 24 ਘੰਟੇ ਦੇ ਵਿੱਚ ਖਤਮ ਹੋ ਜਾਂਦੇ। ਉਹਦਾ ਕਾਰਨ ਇਹ ਕਿ ਉਹ ਉਦੋਂ ਪਹੁੰਚਦੇ ਆ ਜਦੋਂ ਆਕਸੀਜਨ ਲੈਵਲ ਬਹੁਤ ਥੱਲੇ ਚਲਾ ਜਾਂਦਾ, ਠੀਕ ਹੈ। ਉਦੋਂ ਕੋਈ ਵੀ ਡਾਕਟਰ ਕੁਛ ਨਹੀਂ ਕਰ ਪਾਉਂਦਾ। ਅਸੀਂ ਵੈਂਟੀਲੇਟਰ 'ਤੇ ਵੀ ਲਾ ਦਾਂਗੇ, ਸਾਡੇ ਕੋਲ ਵੈਂਟੀਲੇਟਰ ਹੈਗੇ ਆ। ਹੁਸ਼ਿਆਰਪੁਰ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਅਵੇਲੇਬਲ ਆ। ਪਹਿਲਾਂ ਸੀਗਾ ਕਿ ਸਭ ਨੂੰ ਜਲੰਧਰ ਜਾਣਾ ਪੈ ਰਿਹਾ ਸੀ, ਅੰਮ੍ਰਿਤਸਰ ਜਾਣਾ ਪੈ ਰਿਹਾ ਸੀ, ਲੁਧਿਆਣੇ। ਹੁਣ ਸਾਰੀਆਂ ਸਹੂਲਤਾਂ ਹੁਸ਼ਿਆਰਪੁਰ ਦੇ ਵਿੱਚ ਹੈ, ਪ੍ਰਾਈਵੇਟ ਹਸਪਤਾਲਾਂ 'ਚ ਹੈ, ਸਰਕਾਰੀ ਹਸਪਤਾਲ 'ਚ ਹੈ, ਬੈੱਡ ਵੀ ਉਪਲਬਧ ਨੇ, ਡਾਕਟਰ ਵੀ ਵਧੀਆ ਨੇ। ਲੇਕਿਨ ਜਦੋਂ ਤੁਸੀਂ ਆਮ ਸਾਡੀ ਆਕਸੀਜਨ ਲੈਵਲ ਰਹਿਣੀ ਚਾਹੀਦੀ ਆ 95 ਤੋਂ ਉੱਤੇ, 90 ਤੋਂ 95 ਹੁੰਦਾ ਆ ਜਦੋਂ ਸਾਨੂੰ ਖਤਰੇ ਦੀ ਘੰਟੀ ਵੱਜਦੀ ਹੈ। ਇਸ ਤੋਂ ਥੱਲੇ ਜਦੋਂ ਡਿੱਗਦਾ ਜਾਂਦਾ ਫਿਰ ਵੈਂਟੀਲੇਟਰ ਵੀ ਕੁਛ ਨਹੀਂ ਕਰ ਪਾਉਂਦਾ। ਇੱਕ ਆਕਸੀਮੀਟਰ ਹੁੰਦਾ ਉਂਗਲੀ 'ਤੇ ਲਗਾ ਕੇ ਆਪਾਂ ਆਕਸੀਜਨ ਦੇਖਦੇ ਹਾਂ, ਹੈ ਨਾ। ਹੁਣ ਆਸ਼ਾ ਵਰਕਰਾਂ ਦੇ ਕੋਲ ਸਾਰਿਆਂ ਕੋਲ ਦਿੱਤਾ ਹੋਇਆ ਆ, ਠੀਕ ਹੈ। ਪੋਜ਼ਿਟਿਵ ਜਿਹੜਾ ਆਉਂਦਾ ਪੇਸ਼ੈਂਟ ਉਹਨੂੰ ਤਾਂ ਅਸੀਂ ਦਿੰਦੇ ਹਾਂ। ਤੁਹਾਡੇ ਪਿੰਡ ਦੀ ਆਸ਼ਾ ਵਰਕਰ ਦੇ ਕੋਲ ਕਿੱਟ ਹੋਏਗੀ, ਅੱਜ ਤੋਂ ਆਕਸੀਮੀਟਰ ਹੋਏਗਾ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੀ ਦਿੱਕਤ ਆ ਰਹੀ ਹੈ, ਤੁਸੀਂ ਆਸ਼ਾ ਵਰਕਰ ਨੂੰ ਕਹੋ ਕਿ ਤੁਸੀਂ ਆ ਕੇ ਮੇਰਾ ਚੈੱਕ ਕਰਕੇ ਜਾਓ, ਠੀਕ ਹੈ। ਸਰਪੰਚ ਸਾਹਿਬ ਨੂੰ ਮੈਂ ਕਹਿਣਾ ਚਾਹੂੰਗੀ ਕਿ ਇਹ ਸੁਵਿਧਾ ਅਵੇਲੇਬਲ ਕਰਾਉਣ, ਜੇ ਤੁਹਾਨੂੰ ਪਿੰਡ 'ਚ ਲੱਗਦਾ ਹੈ ਕਿਸੇ ਦੀ ਦਿੱਕਤ ਆ ਰਹੀ ਹੈ, ਆਸ਼ਾ ਵਰਕਰ ਨੂੰ ਕਹੋ ਕਿ ਵੀ ਜਾ ਕੇ ਚੈੱਕ ਕਰਕੇ ਆਓ। ਆਸ਼ਾ ਵਰਕਰਾਂ ਨੂੰ ਸਭ ਨੂੰ ਪਤਾ ਹੈਗਾ ਕਿੱਥੇ ਭੇਜਣਾ ਹੈਗਾ ਆ ਹਸਪਤਾਲ ਦੇ ਵਿੱਚ, ਐਂਬੂਲੈਂਸ ਕਿੱਥੋਂ ਮੰਗਵਾਉਣੀ ਆ, ਸਭ ਪਤਾ ਹੈਗਾ, ਠੀਕ ਹੈ। ਸੋ ਇਹ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਕਰੀਏ, ਤਾਂ ਹੀ ਅਸੀਂ ਤੁਹਾਡੀ ਮਦਦ ਕਰ ਪਾਵਾਂਗੇ। ਇਕੱਲੇ ਅਸੀਂ, ਮੈਂ, SDM ਸਾਹਿਬ, ਡਾਕਟਰ ਸਾਹਿਬ ਕੁਛ ਨਹੀਂ ਕਰ ਸਕਦੇ, ਅਤੇ ਇਸ ਟਾਈਮ ਜਾਨਾਂ ਬਚਾਉਣੀਆਂ ਬਹੁਤ ਜ਼ਰੂਰੀ ਹੈ। ਇਹ ਤਾਂ ਮੈਂ ਕਹਿਣਾ ਸੀ। ਜੋ ਲਾਸਟ ਗੱਲ ਜਿਹੜੀ ਵੈਕਸੀਨੇਸ਼ਨ, ਹੁਣ ਵੈਕਸੀਨੇਸ਼ਨ ਦੇ ਬਾਰੇ ਵੀ ਬਹੁਤ ਅਫਵਾਹਾਂ ਨੇ, ਬਹੁਤ ਭਰਮ ਨੇ। ਮੈਨੂੰ ਖੁਸ਼ੀ ਹੈ ਕਿ ਸਾਡਾ ਜ਼ਿਲ੍ਹਾ ਪੜ੍ਹਿਆ ਲਿਖਿਆ ਜ਼ਿਲ੍ਹਾ ਹੈ, ਇਹਨਾਂ ਅਫਵਾਹਾਂ 'ਚ ਨਹੀਂ ਆ ਰਿਹਾ ਹੈਗਾ। ਬਹੁਤ ਥੋੜ੍ਹੇ ਨੇ ਕੁਛ ਲੋਕ ਜਿਹੜੇ ਸ਼ਾਇਦ ਹਲੇ ਵੀ ਕੁਛ ਡਾਊਟ ਦੇ ਵਿੱਚ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਮੈਂ ਦੇਖਿਆ ਕਿ ਵੈਕਸੀਨ ਪ੍ਰਤੀ ਜਿਹੜੀ ਰੁਝਾਨ ਹੈ, ਲੋਕ ਲਗਵਾ ਰਹੇ ਨੇ, ਅਤੇ ਅੱਛੀ ਗੱਲ ਹੈ ਕਿਉਂਕਿ ਇਹੀ ਚੀਜ਼ ਸਾਨੂੰ ਬਚਾ ਪਾਏ। ਇੱਕ ਜਿਹੜਾ ਆਮ ਕੋਮਨ ਅਫਵਾਹ ਕਹਿ ਲਓ ਜਾਂ ਸ਼ੱਕ ਲੋਕਾਂ ਦੇ ਦਿਮਾਗ 'ਚ ਹੈ ਕਿ ਜੀ ਵੈਕਸੀਨ ਲਵਾਉਣ ਤੋਂ ਬਾਅਦ ਵੀ ਦੇਖੋ ਪੋਜ਼ਿਟਿਵ ਆ ਗਿਆ। ਵੈਕਸੀਨ ਲਵਾਉਣ ਤੋਂ ਬਾਅਦ ਵੀ ਵਿਅਕਤੀ ਪੋਜ਼ਿਟਿਵ ਆ ਸਕਦਾ ਹੈ, ਲੇਕਿਨ ਵੈਕਸੀਨ ਦੇ ਨਾਲ ਉਹਦੀ ਸੁਰੱਖਿਆ ਕਵਚ ਇੰਨਾ ਵੱਧ ਜਾਂਦਾ ਆ ਕਿ ਜੇ ਵਾਇਰਸ ਆ ਵੀ ਗਿਆ ਬੋਡੀ 'ਚ, ਤਾਂ ਬੋਡੀ 'ਚ ਲੜਨ ਦੀ ਸ਼ਮਤਾ ਵੱਧ ਜਾਂਦੀ। ਵੈਕਸੀਨ ਲੜਨ ਦੀ ਸ਼ਮਤਾ ਵਧਾਉਂਦੀ ਹੈ, ਇਹ ਗਰੰਟੀ ਨਹੀਂ ਦਿੰਦੀ ਕਿ ਵਾਇਰਸ ਵੜੂਗਾ ਨਹੀਂ ਬੋਡੀ 'ਚ, ਇਹ ਗਰੰਟੀ ਕੋਈ ਵੀ ਵੈਕਸੀਨ ਨਹੀਂ ਦਿੰਦੀ। ਅਸੀਂ ਹੋਰ ਵੀ ਬੱਚਿਆਂ ਨੂੰ, ਛੋਟਿਆਂ ਨੂੰ ਵੈਕਸੀਨ, ਸੋ ਇਹਨਾਂ ਗੱਲਾਂ 'ਚ ਨਹੀਂ ਆਉਣਾ ਜਿਹੜੇ ਲੋਕ ਕਹਿੰਦੇ ਜੀ ਵੈਕਸੀਨ ਵੁਕਸੀਨ ਸਭ ਝੂਠ ਹੈ, ਉਸ ਤੋਂ ਬਾਅਦ ਵੀ ਦੇਖੋ ਫਲਾਣਾ ਪੋਜ਼ਿਟਿਵ ਆ ਗਿਆ, ਇਹ ਹੋ ਗਿਆ, ਹੋ ਗਿਆ। ਸਾਰੇ ਡਾਕਟਰਾਂ ਨੇ ਲਗਵਾਈ ਹੈ, ਅਸੀਂ ਸਭ ਨੇ ਲਗਵਾਈ ਹੈ, ਸਾਰੇ ਪਿੰਡਾਂ ਦੇ ਲੋਕ ਵੀ ਲਗਵਾ ਰਹੇ ਨੇ। ਆਪਾਂ ਕੱਲ੍ਹ ਦੇਖਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ 4-5 ਪਿੰਡ ਐਸੇ ਨੇ ਜਿਨ੍ਹਾਂ ਨੇ 100% ਵੈਕਸੀਨੇਸ਼ਨ ਪਿੰਡ ਦੇ ਲੋਕਾਂ ਨੇ ਲਗਵਾ ਲਈ। ਹੁਣ ਤਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੇ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਗ੍ਰਾਂਟ ਦਿੱਤੀ ਗਈ, ਸੋ ਗ੍ਰਾਂਟ ਚਲੋ ਇੱਕ ਵੱਖਰੀ ਚੀਜ਼ ਹੈ। ਆਪਾਂ ਆਪਣੀ ਸਿਹਤ, ਆਪਣੀ ਜਾਨ, ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਇਹ ਵੈਕਸੀਨ ਫ੍ਰੀ ਲੱਗ ਰਹੀ ਹੈ। 18 ਤੋਂ 44 ਸਾਲ ਜਿਨ੍ਹਾਂ ਨੂੰ ਕੋਈ ਦਿੱਕਤ ਹੈ, ਪ੍ਰੋਬਲਮ ਹੈ, 45 ਸਾਲ ਤੋਂ ਉੱਪਰ ਉਹਨਾਂ,
ਸਭ ਨੂੰ ਲੱਗ ਰਹੀ ਹੈ, ਤੁਹਾਡੇ ਪਿੰਡ ਦੇ ਵਿੱਚ ਆ ਕੇ ਲੱਗ ਰਹੀ ਹੈ। ਇਸ ਤੋਂ ਵਧੀਆ ਨਹੀਂ ਹੋ ਸਕਦਾ। ਇੱਦਾਂ ਨਾ ਹੋਵੇ ਆਉਣ ਵਾਲੇ ਸਮੇਂ 'ਚ ਆ ਰਹੀ ਹੈ ਫ੍ਰੀ 'ਚ, ਆਪਾਂ ਲਗਵਾਈਏ ਆਪਣੀ ਜਾਨ ਨਹੀਂ ਚਾਹੀਦੀ। ਸੋ ਇਹ ਤਾਂ ਮੈਂ ਗੱਲਾਂ ਜਿਹੜੀਆਂ ਕਰਨੀਆਂ ਸੀ। ਤੁਹਾਡੇ 'ਚੋਂ ਜੇ ਕਿਸੇ ਦਾ ਕੋਈ ਕੁਐਸਚਨ ਹੈਗਾ, ਕੋਈ ਡਾਊਟ ਹੈਗਾ, ਕੋਈ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਡਾਕਟਰ ਸਾਹਿਬ ਵੀ ਆਈ ਥਿੰਕ ਆਏ ਹੋਏ, ਡਾਕਟਰ ਸਾਹਿਬ, ਐਸ ਐਮ ਓ ਸਾਹਿਬ ਆਏ ਨੇ, ਸੈਕਟਰ ਅਫਸਰ ਆਏ ਨੇ, ਇਹ ਸਾਰੇ ਅਸੀਂ ਇੱਥੇ ਤੁਹਾਡੀ ਗੱਲ ਸੁਣਨ ਆਏ ਹਾਂ, ਆਪਣੀ ਗੱਲ ਦੱਸਣੀ। ਸੋ ਜੇ ਕੋਈ ਵੀ ਕੋਈ ਗੱਲ ਪੁੱਛਣਾ ਚਾਹੁੰਦਾ ਪੁੱਛ ਸਕਦੇ। ਹਾਂਜੀ, ਪੰਜਾਬ ਤੋਂ ਹਰਿਆਣਾ ਫਿਰ ਜਾਣਾ ਹੋਵੇ ਉਹਦੇ ਬਾਰੇ ਕੋਈ ਨੌਲੇਜ ਤੁਸੀਂ ਜਾਣਾ ਹੈ? ਜੀ ਹਾਂ, ਸਾਡੇ ਪੁਰਾਣਾ ਹੋ ਗਿਆ। ਤੁਹਾਨੂੰ ਕੋਈ ਜਾਣ ਤੋਂ ਰੋਕ ਰਿਹਾ ਹੈ? ਨਹੀਂ ਹੈ ਜੀ, ਇਸ ਕਰਕੇ ਦੁਖੇ ਵਾ ਬੁਖਾਰ ਹੁੰਦਾ ਆ। 80% ਕੇਸਿਸ 'ਚ ਬੁਖਾਰ ਹੁੰਦਾ, ਠੀਕ ਹੈ ਡਾਕਟਰ ਸਾਹਿਬ? ਹੁੰਦਾ ਹੈ, ਬੁਖਾਰ ਹੁੰਦਾ, ਲੱਤਾਂ ਦੁਖਦੀਆਂ, ਸਰੀਰ ਟੁੱਟਦਾ ਹੈਗਾ, ਇੱਕ ਦਿਨ ਲਈ ਹੁੰਦਾ ਬਸ। ਮੇਰੇ ਵੀ ਹੋਇਆ, ਐਸ ਡੀ ਐਮ ਸਾਹਿਬ ਦੇ ਵੀ ਹੋਇਆ, ਸਾਰਿਆਂ ਦੇ ਹੋਇਆ, ਬਟ ਇੱਕ ਦਿਨ ਤੋਂ ਬਾਅਦ ਬਿਲਕੁਲ ਠੀਕ ਹੈ। ਪੈਰਾਸੀਟਾਮੋਲ ਦੀ ਗੋਲੀ ਹੈ ਉਹ ਨਾਲ ਜਦੋਂ ਟੀਕਾ ਲਾਉਂਦੇ ਹੋ ਨਾਲ ਦੇ ਰਹੇ ਨੇ, ਬਸ ਉਹ ਖਾਣੀ ਹੁੰਦੀ ਹੈ। ਆਮ ਬੁਖਾਰ ਵਾਂਗ ਬੁਖਾਰ ਆਉਂਦਾ। ਅੱਛਾ, ਕੋਈ ਨਹੀਂ, ਹੁਣ ਵੀ ਗੋਲੀ ਹੁੰਦੀ ਹੈ ਉਹ ਤੁਸੀਂ ਖਾ ਸਕਦੇ ਹੋ। ਜਿਵੇਂ ਸਾਨੂੰ ਪਤਾ, ਪਿਛਲੇ ਕੁਛ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਅਟੈਕ ਪਸਾਰ ਰਿਹਾ ਹੈ, ਇਹਦੇ ਚੱਲਦੇ ਅਸੀਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ, ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਿਵਲ ਪੁਲਿਸ ਅਤੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਉਹ ਜਾ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਜੇ ਕੋਈ ਡਾਊਟਸ ਹੈ ਉਹ ਦੂਰ ਕਰ ਰਹੇ, ਨਾਲੇ ਉਹਨਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ, ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕਰ ਰਹੇ, ਤਾਂ ਕਿ ਜੇ ਕਿਸੇ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕੁਛ ਵਿਅਕਤੀਆਂ ਦੇ ਵਿੱਚ ਇਸ ਤਰ੍ਹਾਂ ਦੇ ਲੱਛਣ ਹੈ, ਤਾਂ ਉਹਨੂੰ ਟਾਈਮਲੀ ਇੰਟਰਵੈਂਸ਼ਨ ਕਰਕੇ ਰੋਕਿਆ ਜਾ ਸਕੇ, ਪ੍ਰੋਪਰ ਇਲਾਜ ਦਿਵਾਇਆ ਜਾ ਸਕੇ। ਇਸ ਦੇ ਨਾਲ ਹੀ ਜਿਹੜੇ 2 ਦਿਨ ਪਹਿਲਾਂ ਮਾਨਯੋਗ ਸੀ ਐੱਮ ਸਾਹਿਬ ਨੇ ਸਾਰੇ ਪਿੰਡਾਂ ਨੂੰ 100% ਵੈਕਸੀਨੇਟ ਕਰਨ ਦਾ ਇੱਕ ਸੱਦਾ ਦਿੱਤਾ ਹੈ, ਉਹਦੇ ਤਹਿਤ ਸਾਡੇ ਹੁਸ਼ਿਆਰਪੁਰ ਦੇ ਵਿੱਚ ਆਲਰੇਡੀ ਜਿਹੜੇ 4 ਪਿੰਡ ਹੈ 100% ਵੈਕਸੀਨੇਟ ਹੋ ਗਏ ਨੇ। ਅਤੇ ਅੱਜ ਜਹਾਨ ਖੇਲਾਂ ਦੇ ਵਿੱਚ ਵੀ ਮੈਨੂੰ ਦੇਖ ਕੇ ਖੁਸ਼ੀ ਹੋਈ ਹੈ ਕਿ ਸਾਰੇ ਜਿਹੜੇ ਵਿਅਕਤੀ ਹੈ ਉਹ ਬਹੁਤ ਹੀ ਪੋਜ਼ੀਟਿਵਲੀ ਇਸ ਚੀਜ਼ ਵੱਲ, ਵੈਕਸੀਨੇਸ਼ਨ ਦੇ ਵੱਲ ਅੱਗੇ ਆ ਰਹੇ ਨੇ। ਇੱਥੇ ਕੈਂਪ ਵੀ ਲੱਗਾ ਹੈ ਅਤੇ ਇਹ ਇੱਕ ਵੱਡਾ ਪਿੰਡ ਹੈ, ਪਰ ਫਿਰ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਵੀ 100% ਵੈਕਸੀਨੇਟ ਹੋ ਜਾਵੇਗਾ।